ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA TV ਗੱਲ ਦਿਲ ਦੀ। ਮੈਂ ਹਾਂ ਸੰਜੀਵ ਯਸ਼ ਖੰਨਾ। ਦੇਖੋ, ਬੰਦੇ ਨੇ ਕੁੱਤੇ ਨੂੰ ਵੱਢ ਲਿਆ, ਬੰਦੇ ਨੇ ਕੁੱਤੇ ਨੂੰ ਵੱਢ ਲਿਆ, ਇਹ ਨਿਊਜ਼ ਹੈ। ਕੁੱਤੇ ਨੇ ਬੰਦੇ ਨੂੰ ਵੱਢਿਆ, ਇਹ ਕੋਈ ਨਿਊਜ਼ ਨਹੀਂ ਹੈ, ਇਹ ਤਾਂ ਆਮ ਘਟਨਾ ਹੈ। ਆਮ ਘਟਨਾ ਨੂੰ ਜਦੋਂ ਨਿਊਜ਼ ਬਣਾਉਣਾ ਹੈ ਤਾਂ ਮਸਾਲਾ ਲਾਉਣਾ ਜ਼ਰੂਰੀ ਹੈ। ਇਸ ਕਰਕੇ ਕੁੱਤੇ ਨੇ ਬੰਦੇ ਨੂੰ ਨਹੀਂ ਵੱਢਿਆ, ਬੰਦੇ ਨੇ ਕੁੱਤੇ ਨੂੰ ਵੱਢ ਲਿਆ। ਔਰ ਇਸੇ ਤਰ੍ਹਾਂ ਹੀ ਨਿਊਜ਼ ਬਣਾਈ ਜਾਂਦੀ ਹੈ, ਤਰ੍ਹਾਂ ਤਰ੍ਹਾਂ ਦੀਆਂ ਸਟੋਰੀਆਂ, ਤਰ੍ਹਾਂ ਤਰ੍ਹਾਂ ਦੀਆਂ ਸਕ੍ਰਿਪਟ ਲਿਖਦੇ, ਤਰ੍ਹਾਂ ਤਰ੍ਹਾਂ ਦੇ ਘਟਨਾਕ੍ਰਮ ਬਣਾਉਂਦੇ। ਇਹ ਸਾਰੇ ਜਰਨਲਿਸਟ ਦਿਖਾਈ ਦਿੰਦੇ ਨੇ। ਕਿਹੜੇ ਜਰਨਲਿਸਟ? ਜਿਹੜੇ ਮਤਲਬ ਚਾਲੂ ਕਿਸਮ ਦੇ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਨਾ ਵਾਕਈ ਜੈਨੂਅਨ ਸੱਚੇ ਦੇਸ਼ ਭਗਤ ਪੱਤਰਕਾਰ, ਇੱਕ ਹੁੰਦੇ ਨੇ ਥੋੜ੍ਹੇ ਚਾਲੂ ਕਿਸਮ ਦੇ ਜਿਨ੍ਹਾਂ ਨੂੰ ਰੋਜ਼ੀ ਰੋਟੀ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ ਨਾ, ਤਾਂ ਫਿਰ ਇੱਦਾਂ ਦੇ ਮਸਾਲੇ ਲੱਭ ਜਾਂਦੇ ਨੇ। ਉਸੇ ਹੀ ਨਿਊਜ਼ ਨੂੰ ਤਰ੍ਹਾਂ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ ਹੈ, ਰੈਸਿਪੀ ਬਣਾ ਬਣਾ ਕੇ। ਫੋਰ ਐਗਜ਼ਾਮਪਲ, ਇੱਕ ਬ੍ਰੈਡ ਹੁੰਦੀ ਹੈ, ਇੱਕ ਬ੍ਰੈਡ ਪਕੌੜਾ ਹੁੰਦਾ ਹੈ, ਇੱਕ ਆਲੂ ਹੁੰਦਾ, ਇੱਕ ਆਲੂ ਪਕੌੜਾ ਹੁੰਦਾ, ਇੱਕ ਪਨੀਰ ਹੁੰਦਾ, ਇੱਕ ਪਨੀਰ ਪਕੌੜਾ ਹੁੰਦਾ, ਹੈ ਨਾ, ਰੈਸਿਪੀ ਬਣ ਗਈ ਨਾ। ਹੁਣ ਆਲੂਆਂ ਦੀ ਗੱਲ ਲਈਏ, ਤਰੀ ਵਾਲੇ ਆਲੂ, ਮਸਾਲੇ ਵਾਲੇ ਆਲੂ, ਖੱਟੇ ਵਾਲੇ ਆਲੂ, ਮਿੱਠੇ ਵਾਲੇ ਆਲੂ, ਸੁੱਕੇ ਆਲੂ, ਮਲਾਈ ਵਾਲੇ ਆਲੂ, ਕਿਸੇ ਸਬਜ਼ੀ ਦੇ ਵਿੱਚ ਆਲੂ, ਨੌਨ ਵੈਜ ਦੇ ਵਿੱਚ ਵੀ ਆਲੂ, ਮਤਲਬ ਆਲੂ ਤਾਂ ਆਲੂ ਹੈ, ਪਰ ਉਹ ਰੈਸਿਪੀ ਵੱਖਰੀ ਵੱਖਰੀ ਬਣਾ ਕੇ ਅਤੇ ਵੱਖਰੀਆਂ ਵੱਖਰੀਆਂ ਡਿਸ਼ ਬਣਾ ਦਿੱਤੀਆਂ। ਔਰ ਦੇਖਣ ਵਾਲਿਆਂ ਨੇ ਕਿਹਾ ਵੀ 6-7 ਕਿਸਮ ਦੀਆਂ ਸਬਜ਼ੀਆਂ ਨੇ, ਬੇਸਿਕ ਤਾਂ ਆਲੂ ਹੈ ਨਾ। ਉਸੇ ਤਰ੍ਹਾਂ ਹੀ ਨਿਊਜ਼ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਰੈਸਿਪੀਆਂ ਬਣਾਈਆਂ ਜਾਂਦੀਆਂ ਨੇ, ਬੇਸਿਕ ਨਿਊਜ਼ ਉਹੀ ਹੋਏ। ਜਾਂ ਪ੍ਰਾਈਮ ਮਿਨਿਸਟਰ ਅੱਜ ਅਮੈਰੀਕਾ ਗਏ, ਅਮੈਰੀਕਾ ਵਾਲਿਆਂ ਨੇ ਪ੍ਰੈਜ਼ੀਡੈਂਟ ਦਾ ਸਵਾਗਤ ਕੀਤਾ, ਪ੍ਰੈਜ਼ੀਡੈਂਟ ਅਮੈਰੀਕਾ ਦੇ ਪ੍ਰਾਈਮ ਮਿਨਿਸਟਰ ਨੂੰ ਮਿਲੇ, ਮਤਲਬ ਕੁਝ ਵੀ, ਜਾਂ ਪ੍ਰਾਈਮ ਮਿਨਿਸਟਰ ਅਮੈਰੀਕਾ ਦੇ ਪ੍ਰੈਜ਼ੀਡੈਂਟ ਨੂੰ ਮਿਲੇ, ਪ੍ਰੈਜ਼ੀਡੈਂਟ ਮਿਲ ਕੇ ਪ੍ਰਾਈਮ ਮਿਨਿਸਟਰ ਨੂੰ ਬੜੇ ਖੁਸ਼ ਹੋਏ, ਪ੍ਰਾਈਮ ਮਿਨਿਸਟਰ ਵੀ ਮਿਲ ਕੇ ਪ੍ਰੈਜ਼ੀਡੈਂਟ ਨੂੰ ਬਹੁਤ ਖੁਸ਼ ਹੋਏ। ਮਤਲਬ ਗੱਲ ਕੀ ਹੈ ਯਾਰ, ਗੱਲ ਇੰਨੀ ਕੀ ਹੈ ਕਿ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੂੰ ਮਿਲਿਆ, ਦੋਵੇਂ ਬੜੇ ਖੁਸ਼ ਹੋਏ, ਗੱਲ ਖਤਮ ਹੋ ਗਈ। ਨਹੀਂ ਨਹੀਂ ਨਹੀਂ, ਉਹਨੂੰ 10-12 ਐਂਗਲਸ ਦੇਣੇ ਹੀ ਦੇਣੇ ਨੇ ਤਾਂ ਕਿ ਨਿਊਜ਼ ਬਣੇ, ਹੈ ਨਾ। ਅਤੇ ਨਿਊਜ਼ ਕਿੱਦਾਂ ਬਣੇਗੀ? 1 ਮਿੰਟ ਦੇ ਵਿੱਚ 60 ਖਬਰਾਂ, ਨਹੀਂ 1 ਘੰਟੇ ਦੇ ਵਿੱਚ, 1 ਮਿੰਟ ਤਾਂ ਬਹੁਤ ਜਲਦੀ ਹੋ ਜਾਏਗਾ, 1 ਘੰਟੇ ਦੇ ਵਿੱਚ 60 ਖਬਰਾਂ। ਹੁਣ ਇਹ 60 ਖਬਰਾਂ ਕਿੱਥੋਂ ਆਉਣਗੀਆਂ? ਇਹ 10 ਖਬਰਾਂ ਨੂੰ 6 ਵਰਜ਼ਨਸ ਦੇ ਵਿੱਚ ਦਿੱਤਾ ਜਾਏਗਾ, ਖੱਟੇ ਵਾਲੇ ਆਲੂ, ਮਿੱਠੇ ਵਾਲੇ ਆਲੂ, ਨਮਕੀਨ ਆਲੂ, ਸੁੱਕੇ ਆਲੂ, ਗਿੱਲੇ ਆਲੂ, ਵੈਜੀਟੇਰੀਅਨ ਆਲੂ, ਨੌਨ ਵੈਜੀਟੇਰੀਅਨ ਆਲੂ, ਹੈ ਨਾ। ਉਹ 60 ਖਬਰਾਂ ਬਣ ਗਈਆਂ। ਸੋ ਆਹ ਜਿਹੜੇ ਤਰੀਕੇ ਨੇ ਨਾ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ, ਇੱਕ ਦੂਜੇ ਤੋਂ ਪਹਿਲੇ ਨੰਬਰ 'ਤੇ ਆਉਣ ਦੀ ਦੌੜ, ਇਸ ਨੇ ਸਾਰਾ ਮਾਹੌਲ ਖਰਾਬ ਕਰਕੇ ਰੱਖ ਦਿੱਤਾ ਹੈ। ਔਰ ਜਿਹੜੇ ਦਰਸ਼ਕ ਨੇ, ਜਿਨ੍ਹਾਂ ਨੇ ਖਬਰਾਂ ਸੁਣਨੀਆਂ ਨੇ, ਦੇਖਣੀਆਂ ਨੇ, ਉਹਨਾਂ ਨੂੰ ਬਣਾ ਦਿੱਤਾ ਕੰਜ਼ਿਊਮਰਸ। ਜਾਂ ਜਿਵੇਂ ਚੀਜ਼ਾਂ ਖਰੀਦਣ ਦੇ ਕੰਜ਼ਿਊਮਰਸ ਹੁੰਦੇ ਨੇ ਨਾ, ਅਸੀਂ ਵੱਖ ਵੱਖ ਚੀਜ਼ਾਂ ਖਰੀਦਦੇ ਹਾਂ, ਮਾਰਕੀਟ ਦੇ ਵਿੱਚੋਂ ਇਸਤੇਮਾਲ ਕਰਦੇ ਹਾਂ, ਕੁਝ ਸਾਂਭ ਕੇ ਰੱਖਦੇ ਹਾਂ, ਕੁਝ ਇਸਤੇਮਾਲ ਕਰਕੇ ਸੁੱਟ ਦਿੰਦੇ ਹਾਂ। ਔਰ ਇੱਥੇ ਵੀ ਕੰਜ਼ਿਊਮਰਸ, ਨਿਊਜ਼ ਕੰਜ਼ਿਊਮਰਸ, ਖਬਰਾਂ ਨੂੰ ਇਸਤੇਮਾਲ ਕਰੋ, ਸੁੱਟ ਦਿਓ, ਖਬਰਾਂ ਨੂੰ ਇਸਤੇਮਾਲ ਕਰੋ, ਸੁੱਟ ਦਿਓ, ਕਿਉਂਕਿ ਨਿੱਤ ਨਵੀਆਂ ਖਬਰਾਂ ਨੇ, ਹਰ ਵੇਲੇ ਨਵੀਆਂ ਖਬਰਾਂ ਨੇ, ਹਰ ਘੰਟੇ ਨਵੀਆਂ ਖਬਰਾਂ ਨੇ, ਕਿੱਥੋਂ ਆਉਣਗੀਆਂ? ਉਹਨਾਂ ਹੀ ਖਬਰਾਂ ਨੂੰ ਮਸਾਲਾ ਲਗਾ ਲਗਾ ਕੇ ਪੇਸ਼ ਕੀਤਾ ਜਾਂਦਾ। ਔਰ ਕਈ ਵਾਰ ਬੰਦਾ ਸੋਚਦਾ ਕਿ ਆਹ ਜਿਹੜੀ ਖਬਰ ਹੈ ਵਾਕਈ ਖਬਰ ਹੈਗੀ ਹੈ, ਇਹਨੂੰ ਖਬਰ ਕਿਹਾ ਜਾ ਸਕਦਾ? ਲਿਖੋ ਜੀ, ਬਾਂਦਰ ਲਿਪਸਟਿਕ ਲਗਾ ਲੈਂਦਾ। ਵਟ ਨੌਨਸੈਂਸ ਯਾਰ, ਬਾਂਦਰ ਲਿਪਸਟਿਕ ਲਗਾ ਲੈਂਦਾ, ਇਹ ਤਾਂ ਮਦਾਰੀ ਦਾ ਖੇਡ ਆ, ਇਹ ਤਾਂ ਸੜਕਾਂ 'ਤੇ ਖੇਡ ਦਿਖਾਉਣਾ ਮਦਾਰੀ ਨੇ, ਇਹ ਨਿਊਜ਼ ਆ, ਇਹ ਨੈਸ਼ਨਲ ਟੈਲੀਕਾਸਟ ਹੋਏਗਾ। ਸੋ ਇੱਦਾਂ ਦੀਆਂ ਨਿਊਜ਼, ਉਹੀ ਗੱਲ ਆ ਗਈ ਨਾ, ਬੰਦੇ ਨੇ ਕੁੱਤੇ ਨੂੰ ਵੱਢ ਲਿਆ, ਕੁੱਤੇ ਨੇ ਬੰਦੇ ਨੂੰ ਵੱਢਿਆ, ਉਹ ਗੱਲ ਨਹੀਂ ਬਣੀ। ਬੰਦੇ ਤੋਂ ਕੁੱਤਾ ਵਢਵਾਓ, ਤਾਂ ਖਬਰ ਬਣਾਓ, ਮਸਾਲਾ ਲਗਾਓ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ, ਬਲੈਕਮੇਲ, ਵਾਈਟ ਮੇਲ, ਯੈਲੋ ਜਰਨਲਿਜ਼ਮ, ਪਾਪਰਾਜ਼ੀ, ਪਤਾ ਨਹੀਂ ਕੀ ਕੁਝ ਹੋਰ ਵੀ। ਬਲੈਕਮੇਲ ਕੀ ਹੁੰਦਾ?
ਕਿਸੇ ਦੇ ਸੀਕਰੇਟ ਪਤਾ ਲੱਗ ਗਏ, ਕਿਸੇ ਦੇ ਸੀਕਰੇਟ ਪਤਾ ਲਗਾ ਲਏ ਭਈ ਇਹ ਛਾਪ ਦੇਵਾਂਗੇ, ਇਹ ਪਬਲਿਕ ਨੂੰ ਦੱਸ ਦੇਵਾਂਗੇ, ਕੱਢੋ ਮਨੀ, ਕੱਢੋ ਮਨੀ, ਜਾਂ ਫਿਰ ਹੋਰ ਫੇਵਰ ਦਿਓ, ਜਾਂ ਫਿਰ ਕੁਝ ਹੋਰ ਵੀ, ਮਤਲਬ ਬਲੈਕਮੇਲਿੰਗ ਸ਼ੁਰੂ ਹੋ ਗਈ। ਇਨਵੈਸਟੀਗੇਟਿਵ ਜਰਨਲਿਜ਼ਮ ਮਤਲਬ ਤੁਸੀਂ ਘੋਖ ਕੀਤੀ ਕਿਸੇ ਚੀਜ਼ ਦੀ, ਤੁਹਾਨੂੰ ਸੱਚਾਈ ਪਤਾ ਲੱਗੀ, ਅਤੇ ਜਿਸ ਦੀ ਸੱਚਾਈ ਪਤਾ ਲੱਗੀ ਉਹਨੂੰ ਜਾ ਕੇ ਕਿਹਾ ਕਿ ਭਾਈ ਆਹ ਤੇਰੀ ਸੱਚਾਈ ਮੇਰੇ ਹੱਥ 'ਚ ਹੈ ਅਤੇ ਮੈਂ ਪਬਲਿਕ ਕਰ ਦੇਣੀ ਆ, ਹੁਣ ਤੂੰ ਦੱਸ ਕੀ ਫੇਵਰ ਦੇ ਸਕਦਾ। ਸੋ ਇਹ ਹੋ ਗਈ ਬਲੈਕਮੇਲਿੰਗ। ਇੱਕ ਹੋ ਗਈ ਵਾਈਟ ਮੇਲ। ਵਾਈਟ ਮੇਲ ਕੀ ਹੁੰਦਾ? ਮਤਲਬ ਇਹਦੇ 'ਚ ਕਿਸੇ ਦਾ ਕੋਈ ਫਾਇਦਾ ਨਹੀਂ ਉਠਾਉਣਾ, ਕਿਸੇ ਨੂੰ ਕਿਸੇ ਗੱਲ ਵਾਸਤੇ ਮਜਬੂਰ ਨਹੀਂ ਕਰਨਾ, ਚਾਪਲੂਸੀ ਕਰਨੀ ਹੈ। ਕੋਈ ਵੀ ਬੰਦਾ ਜੋ ਉਹ ਹੈ ਨਹੀਂ ਉਹਨੂੰ ਉਹ ਬਣਾ ਕੇ ਦਿਖਾ ਦੇਣਾ, ਇਮੇਜ ਬਿਲਡਿੰਗ, ਉਹਨੂੰ ਐਂ ਲਾਰਜਰ ਦੈਨ ਲਾਈਫ, ਐਡਾ ਵੱਡਾ ਪਤਾ ਨਹੀਂ ਹੀਰੋ ਬਣਾ ਕੇ ਪੇਸ਼ ਕਰ ਦੇਣਾ, ਹੈਗਾ ਉਹ ਜ਼ੀਰੋ ਵੀ ਨਹੀਂ ਹੈਗਾ ਪਰ ਉਹਨੂੰ ਹੀਰੋ ਬਣਾ ਦੇਣਾ ਲੋਕਾਂ ਦਾ। ਕਿੱਦਾਂ? ਇੱਦਾਂ ਦੀਆਂ ਨਿਊਜ਼ ਆਈਟਮ ਚਲਾ ਚਲਾ ਕੇ, ਇੱਦਾਂ ਦੀਆਂ ਸਟੋਰੀਆਂ ਚਲਾ ਚਲਾ ਕੇ, ਉਹਦੀ ਤਾਰੀਫ ਕਰ ਕਰਕੇ, ਉਹਦੀ ਇਮੇਜ ਬਿਲਡਿੰਗ ਇੱਦਾਂ ਦੀ ਕਰ ਦੇਣੀ ਹੈ, ਜਿਵੇਂ ਪ੍ਰੋਡਕਟ ਨੂੰ ਆਪਾਂ ਮਾਰਕੀਟ ਦੇ ਵਿੱਚ ਲਾਂਚ ਕਰੀਦਾ ਨਾ, ਕਿਸੇ ਵੀ, ਚਾਹੇ ਉਹ ਪੀਣ ਵਾਲਾ ਸੋਡਾ ਹੋਵੇ, ਨਹਾਉਣ ਵਾਲਾ ਸਾਬਣ ਹੋਵੇ, ਸਿਰ ਧੋਣ ਵਾਲਾ ਸ਼ੈਂਪੂ ਹੋਵੇ, ਕੱਪੜੇ ਧੋਣ ਵਾਲਾ ਪਾਊਡਰ ਹੋਵੇ, ਕੋਈ ਵੀ, ਜਿੱਦਾਂ ਉਹ ਪ੍ਰੋਡਕਟ ਲਾਂਚ ਕਰਦੀ ਹੈ ਕੰਪਨੀ, ਉੱਦਾਂ ਹੀ ਇਸ ਬੰਦੇ ਨੂੰ ਪਬਲਿਕ ਦੇ ਵਿੱਚ ਲਾਂਚ ਕਰ ਦੇਣਾ, ਚਾਹੇ ਉਹ ਬਿਜ਼ਨਸਮੈਨ ਹੈ, ਚਾਹੇ ਉਹ ਕੋਈ ਪੋਲੀਟੀਸ਼ੀਅਨ ਹੈ ਜਾਂ ਸਪੋਰਟਸਮੈਨ ਹੈ, ਕੋਈ ਵੀ ਹੈ, ਕਿਸੇ ਵੀ ਫੀਲਡ ਤੋਂ ਹੋ ਸਕਦਾ, ਉਹਨੂੰ ਲਾਂਚ ਕਰ ਦਿਓ ਇੱਦਾਂ। ਵਾਈਟ ਜਰਨਲਿਜ਼ਮ ਉਹਨੂੰ ਕਹਿੰਦੇ ਨੇ ਕਾਰਡਬੋਰਡ ਕਰੈਕਟਰ। ਅਸਲ ਵਿੱਚ ਉਹ ਹੈ ਨਹੀਂ, ਗੱਤੇ ਦਾ ਕਰੈਕਟਰ ਹੈਗਾ, ਇੱਕ ਨਕਲੀ ਜਿਹਾ ਕਰੈਕਟਰ, ਉਹਨੂੰ ਹੀਰੋ ਬਣਾ ਕੇ ਖੜਾ ਕਰ ਦਿੱਤਾ ਮਾਰਕੀਟਿੰਗ ਦੇ ਜ਼ਰੀਏ, ਤਾਂ ਉਹ ਵਾਈਟ ਜਰਨਲਿਜ਼ਮ ਹੈ, ਉਹਦੀ ਚਾਪਲੂਸੀ ਹੋਈ। ਔਰ ਉਹਦੇ ਬਦਲੇ ਕੀ ਫਾਇਦਾ ਲੈਂਦੇ ਪਏ ਨੇ, ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਜਿਹੜਾ ਫਾਇਦਾ ਲੈਂਦੇ ਪਏ ਨੇ। ਠੀਕ ਆ, ਅੱਗੇ ਆ ਗਿਆ ਯੈਲੋ ਜਰਨਲਿਜ਼ਮ। ਉਹਦੇ 'ਚ ਕੀ ਹੁੰਦਾ ਕਿ ਐਵੇਂ ਆਪਣੇ ਵੱਲੋਂ ਮਨ ਘੜੰਤ ਕਿਸੇ ਨੂੰ ਬਦਨਾਮ ਕਰਨਾ ਸ਼ੁਰੂ ਕਰ ਦੇਣਾ, ਅਸਲ ਵਿੱਚ ਗੱਲ ਕੋਈ ਹੈ ਨਹੀਂ ਪਰ ਬਣਾ ਬਣਾ ਕੇ ਨਕਲੀ ਸਬੂਤ, ਨਕਲੀ ਗਵਾਹ, ਨਕਲੀ ਘਟਨਾ, ਨਕਲੀ ਸਭ ਕੁਝ ਬਣਾ ਕੇ ਉਹਨੂੰ ਬਦਨਾਮ ਕਰਨਾ, ਯੈਲੋ ਜਰਨਲਿਜ਼ਮ। ਉਹਨੂੰ ਫੇਕ ਮਤਲਬ ਚੰਗੇ ਬੰਦੇ ਦੀ ਮਿੱਟੀ ਪਲੀਤ ਕਰਨੀ ਹੈ। ਉਹਦਾ ਕੋਈ ਬਲੈਕਮੇਲ ਹੋ ਨਹੀਂ ਸਕਦਾ ਕਿਉਂਕਿ ਉਹਦਾ ਕੋਈ ਸੀਕਰੇਟ ਨਹੀਂ ਜਿਹੜਾ ਉਹਦੇ ਹੱਥ ਲੱਗੇ ਜਿਹਨੇ ਬਲੈਕਮੇਲ ਕਰਨਾ। ਇਸ ਕਰਕੇ ਐਵੇਂ ਮਨ ਘੜੰਤ ਗੱਲਾਂ, ਮਨ ਘੜੰਤ ਬਾਤਾਂ, ਐਵੇਂ ਉਹਨੂੰ ਬਦਨਾਮ ਕਰਨ ਵਾਸਤੇ, ਦੈਟ ਇਜ਼ ਕਾਲਡ ਯੈਲੋ ਜਰਨਲਿਜ਼ਮ। ਇੱਕ ਨਵੀਂ ਚੀਜ਼ ਆਈ ਹੈ ਪੈਪਰਾਜ਼ੀ। ਇਹ ਬਹੁਤ ਪੁਰਾਣੀ ਹਾਲੀਵੁੱਡ ਫਿਲਮ ਸੀ, ਉਹਦੇ ਵਿੱਚ ਇੱਕ ਕਰੈਕਟਰ ਸੀਗੇ ਪੈਪਰਾਜ਼ੀ, ਉੱਥੋਂ ਹੀ ਡਿਵੈਲਪ ਹੋਈ ਹੈ। ਸੋ ਕੀ ਹੋਇਆ ਪੈਪਰਾਜ਼ੀ ਦੇ ਵਿੱਚ ਕਿ ਕਿਸੇ ਵੀ ਸੈਲੀਬ੍ਰਿਟੀ, ਕਿਸੇ ਵੀ ਮਸ਼ਹੂਰ ਆਦਮੀ ਦੀ ਜ਼ਾਤੀ ਜ਼ਿੰਦਗੀ, ਪਰਸਨਲ ਲਾਈਫ ਦੇ ਵਿੱਚ ਵੜ ਜਾਓ ਔਰ ਉੱਥੋਂ ਕੋਈ ਇੱਦਾਂ ਦੇ ਸੀਕਰੇਟ ਕੱਢ ਲਿਆਓ, ਪਬਲਿਕ ਕਰ ਦਿਓ। ਲਓ ਜੀ, ਹੀਰੋ ਕਿਤੇ ਨਹਾਉਣ ਗਿਆ, ਹੀਰੋਇਨ ਨਹਾਉਂਦੀ ਪਈ ਹੈ, ਸਵੀਮਿੰਗ ਕੋਸਟਿਊਮ ਪਾ ਕੇ ਆਪਣੀ ਪਰਸਨਲ ਲਾਈਫ ਦੇ ਵਿੱਚ ਫੋਟੋਆਂ ਲੈ ਕੇ ਆਓ, ਪਬਲਿਕ ਕਰ ਦਿਓ। ਇੱਦਾਂ ਦੀਆਂ ਗੱਲਾਂ, ਕਿਸੇ ਦੇ ਐਵੇਂ ਜੀ ਉਹਦੇ ਨਾਲ ਰਿਲੇਸ਼ਨਸ ਨੇ ਜੀ, ਕਿਸੇ ਨੇ ਉੱਥੇ ਪੈਸਾ ਖਾਧਾ ਜੀ, ਕਿਸੇ ਨੇ ਉਹਨੂੰ ਖੁਸ਼ ਕੀਤਾ ਜੀ, ਕਾਸਟਿੰਗ ਕਾਊਚ ਹੋ ਗਿਆ ਜੀ, ਫਿਲਮ ਲਾਈਨ ਦੇ ਵਿੱਚ ਇੱਦਾਂ ਦੀਆਂ ਗੱਲਾਂ ਬਹੁਤ ਹੁੰਦੀਆਂ। ਸੋ ਆ ਦੈਟ ਇਜ਼ ਕਾਲਡ ਪੈਪਰਾਜ਼ੀ। ਔਰ ਐਵੇਂ ਹੀ ਕਈ ਵਾਰ ਸੈਲੀਬ੍ਰਿਟੀ ਵੀ ਕਰਵਾਉਂਦੇ ਨੇ, ਐਵੇਂ ਉਹਨਾਂ ਦੀਆਂ ਫੋਟੋਆਂ ਕੀ ਆ ਰਹੀਆਂ ਨੇ, ਜਿਮ ਦੇ ਵਿੱਚ ਐਕਸਰਸਾਈਜ਼ ਕਰਦਾ ਪਿਆ। ਲਓ ਜੀ, ਫਲਾਣੀ ਥਾਂ 'ਤੇ ਰੇਸ ਕੋਰਸ ਦੇ ਵਿੱਚ ਰੇਸ ਖੇਡਣ ਗਿਆ, ਕਲੱਬ ਦੇ ਵਿੱਚ ਗਿਆ ਸੀ, ਹੋਟਲ ਦੇ ਵਿੱਚ ਗਿਆ ਜੀ, ਫੈਮਿਲੀ ਨਾਲ ਦੇਖਿਆ ਗਿਆ ਜੀ, ਏਅਰਪੋਰਟ 'ਤੇ ਦੇਖਿਆ ਜੀ, ਇਹ ਨਿਊਜ਼ ਹੈ। ਉਹ ਫਿਲਮਾਂ 'ਚ ਕੰਮ ਕਰਨ ਵਾਲਾ ਬੰਦਾ, ਸਪੋਰਟਸ ਵਾਲਾ ਬੰਦਾ ਹੈ, ਉਹਦੇ ਫੀਲਡ ਨਾਲ ਰਿਲੇਟਡ ਕੋਈ ਗੱਲ ਕਰੋ ਨਾ, ਨਹੀਂ ਇਹੋ ਜਿਹੀਆਂ ਗੱਲਾਂ। ਔਰ ਕਈ ਵਾਰ ਕਹਿੰਦੇ ਨੇ ਕਿ ਇਹ ਸੈਲੀਬ੍ਰਿਟੀ ਖੁਦ ਇਹਦੇ ਪਿੱਛੇ ਹੁੰਦੇ ਨੇ, ਪੈਸਾ ਦਿੰਦੇ ਨੇ ਕਿ ਸਾਡੀਆਂ ਆਹ ਵਾਲੀਆਂ ਗੱਲਾਂ ਪਬਲਿਕ ਕਰ ਦਿਓ, ਕਿਉਂਕਿ ਕੰਮ ਕੋਈ ਹੈ ਨਹੀਂ, ਕੰਮ ਕੋਈ ਪਬਲਿਕ ਦੇ ਵਿੱਚ ਆ ਨਹੀਂ ਰਿਹਾ, ਪਰ ਪਬਲਿਕ ਦੇ ਵਿੱਚ ਬਣੇ ਰਹਿਣਾ ਜ਼ਰੂਰੀ ਹੈ। ਇਸ ਤਰ੍ਹਾਂ ਕਿ ਆਹ ਡਰਾਮੇਬਾਜ਼ੀ, ਪਾਪਾਰਾਜ਼ੀ, ਪਾਪਾਰਾਜ਼ੀ, ਕਈ ਕਿੱਦਾਂ ਤਰ੍ਹਾਂ ਦੇ ਵਰਡਸ ਨੂੰ ਪ੍ਰੋਨਾਊਂਸ ਕੀਤਾ ਜਾਂਦਾ, ਮਤਲਬ ਕੁੱਲ ਮਿਲਾ ਕੇ ਇਹ ਕਾਲਾ ਮਾਲਾ ਚੱਲਦਾ ਪਿਆ, ਝੋਲ ਚੱਲਦਾ ਪਿਆ। ਸੋ ਪ੍ਰੋਗਰਾਮ ਚੱਲ ਰਿਹਾ ਹੈ ਗੱਲ ਦਿਲ ਦੀ। ਅੱਜ ਕੱਲ੍ਹ ਨਾ ਇੱਕ ਨਵੀਂ ਚੀਜ਼ ਆਈ ਹੈ, ਮੋਜੋ, MOJO, ਮੋਜੋ ਜਰਨਲਿਜ਼ਮ, ਮਤਲਬ ਮੌਜਾ ਹੀ ਮਾਣੋ। ਮੋਬਾਈਲ ਹਰੇਕ ਕੋਲ ਹੈ,
ਸੋਸ਼ਲ ਮੀਡੀਆ ਹਰੇਕ ਕੋਲ ਹੈ, ਸਾਰੇ ਫਿਲਮ ਮੇਕਰ ਬਣੇ ਹੋਏ ਨੇ, ਸਾਰੇ ਜਰਨਲਿਸਟ ਬਣੇ ਹੋਏ ਨੇ, ਸਾਰੇ ਸਾਇੰਟਿਸਟ ਬਣੇ ਹੋਏ ਨੇ, ਹਰੇਕ ਗੱਲ ਦੇ ਉੱਤੇ ਹਰੇਕ ਬੰਦਾ ਕੋਈ ਨਾ ਕੋਈ ਕਮੈਂਟ ਦਿੰਦਾ ਪਿਆ। ਮੇਰੇ ਤੋਂ ਸਿਆਣਾ ਕੋਈ ਨਹੀਂ, ਮੈਂ ਹੀ ਸਿਆਣਾ, ਮੈਨੂੰ ਹਵਾਈ ਜਹਾਜ਼ ਵੀ ਉਡਾਉਣਾ ਆਉਂਦਾ, ਹਾਲੇ ਮੈਂ ਕਦੀ ਏਅਰਪੋਰਟ ਨਹੀਂ ਗਿਆ, ਕਦੀ ਮੈਂ ਐਰੋਪਲੇਨ ਦੇਖਿਆ ਵੀ ਨਹੀਂ, ਪਰ ਮੈਨੂੰ ਉਡਾਉਣਾ ਆਉਂਦਾ। ਕਿੱਦਾਂ? ਸੋਸ਼ਲ ਮੀਡੀਆ ਦੇ ਉੱਤੇ ਗੱਪਾਂ। ਹਰ ਬੰਦਾ ਫਿਲਮ ਬਣਾਉਂਦਾ ਪਿਆ, ਐਕਸਪਰਟ ਕਿਤੇ ਬੈਠਾ ਥੀਏਟਰ ਦੇ ਵਿੱਚ, ਕੋਈ ਫਿਲਮ ਦੇਖਦਾ ਪਿਆ, ਫਿਲਮ ਦੇਖਦਾ ਹਜੇ ਹਾਫ ਟਾਈਮ ਹੁੰਦਾ, ਉਹ ਡੱਬਾ ਬਕਵਾਸ ਕੁਝ ਨਹੀਂ ਹੈਗੀ, ਤੂੰ ਕੌਣ ਹੈ? ਉਹ ਐਡਾ ਵੱਡਾ ਫਿਲਮ ਮੇਕਰ, ਉਹ ਐਡੇ ਵੱਡੇ ਹੀਰੋ, ਉਹ ਐਡੇ ਵੱਡੇ ਫਿਲਮ ਬਣਾਉਣ ਵਾਲੀ ਪੂਰੀ ਟੀਮ, ਇੰਨਾ ਪੈਸਾ ਲਗਾ ਕੇ ਫਿਲਮ ਬਣਾਇਆ, ਤੂੰ ਕੌਣ ਹੈ? ਤੇਰੀ ਨਾ ਕੋਈ ਉਪਲਬਧੀ, ਨਾ ਕੋਈ ਸਕਸੈਸ, ਨਾ ਕੋਈ ਕੰਮ, ਵਿਹਲਾ ਨਿਕੰਮਾ, ਲੋਕਾਂ ਨੂੰ ਬਦਨਾਮ ਕਰਨਾ, ਕਿਸੇ ਦੀ ਮਿਹਨਤ ਉੱਤੇ ਲਾਹਨਤ ਪਾ ਦੇਣੀ, ਤੂੰ ਇੱਦਾਂ ਦੀ ਫਿਲਮ ਬਣਾ ਸਕਦਾ? ਆਈਡੀਆ ਤਾਂ ਸਭ ਕੋਲ ਹੁੰਦੇ ਨੇ, ਤੇਰੇ ਆਈਡੀਆ ਨੂੰ ਕਿਸੇ ਨੇ ਫਾਈਨੈਂਸ ਕੀਤਾ, ਤੂੰ ਉਹਦੇ ਉੱਤੇ ਕੋਈ ਫਿਲਮ ਬਣਾਈ? ਨੋ, ਐਵੇਂ ਬਕਵਾਸ ਕਰੀ ਜੋ ਬੈਠੇ, ਇੱਕ ਬੰਦੇ ਦੀ ਮਿਹਨਤ ਫਲੋਪ ਹੈ ਜੀ, ਫਲੋਪ ਹੈ ਜੀ, ਡੱਬਾ ਫਿਲਮ ਹੈ। ਕੋਈ ਵੀ ਫਿਲਮ ਡੱਬਾ ਨਹੀਂ ਹੁੰਦੀ, ਕੋਈ ਵੀ ਫਿਲਮ ਫਲੋਪ ਨਹੀਂ ਹੁੰਦੀ, ਕੋਈ ਵੀ ਟੀਮ ਇਹ ਨਹੀਂ ਕਹਿੰਦੀ ਮਿਲ ਕੇ ਕਿ ਆਓ ਜੀ ਇੱਕ ਫਲੋਪ ਫਿਲਮ ਬਣਾਉਂਦੇ ਹਾਂ। ਹਰੇਕ ਬੰਦਾ, ਹਰੇਕ ਪ੍ਰੋਡਿਊਸਰ, ਹਰੇਕ ਡਾਇਰੈਕਟਰ ਕਾਮਯਾਬ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦਾ। ਕਿਸੇ ਦੀ ਮਿਹਨਤ ਨੂੰ ਨਿੰਦਣਾ ਨਹੀਂ ਚਾਹੀਦਾ, ਕਿਸੇ ਦੀ ਮਿਹਨਤ ਦੇ ਉੱਤੇ ਲਾਹਨਤ ਨਹੀਂ ਮਾਰਨੀ ਚਾਹੀਦੀ। ਆਪਣੀ ਆਪ, ਆਪਣੀ ਮਿਹਨਤ, ਆਪਣੀ ਜ਼ਿੰਦਗੀ, ਆਪਣੇ ਆਪ ਨੂੰ ਦੇਖੋ। ਮਤਲਬ ਦੂਸਰੇ ਦੀ ਔਕਾਤ ਦੇ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਔਕਾਤ ਦੇਖ ਲਵੋ, ਤਾਂ ਉਂਗਲ ਚੁੱਕੋ, ਤਾਂ ਗੱਲ ਕਰੋ। ਤਾਂ ਆਹ ਹੈ ਫਿਲਮਾਂ ਦਾ ਹਿਸਾਬ। ਉੱਦਾਂ ਹੀ ਸਾਰੇ ਜਰਨਲਿਸਟ ਬਣੇ ਹੋਏ ਨੇ, ਪਤਾ ਨਹੀਂ ਕਿੰਨੀਆਂ ਗਲਤ ਇਨਫੋਰਮੇਸ਼ਨ, ਹੁਣ ਤੁਸੀਂ ਦੇਖਿਆ ਹੀ ਹੈ ਯੂਕੇ ਦੇ ਵਿੱਚ ਗਲਤ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਦੇ ਦਿੱਤੀ, ਇਮੀਗ੍ਰੈਂਟਸ ਨੂੰ ਲੈ ਕੇ ਉੱਥੇ ਦੰਗੇ ਸ਼ੁਰੂ ਹੋ ਗਏ 10 ਦਿਨ ਤੱਕ, ਸਾਰਾ ਮਾਹੌਲ ਇੰਗਲੈਂਡ ਦਾ ਖਰਾਬ ਰਿਹਾ। ਕਿਉਂ? ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਦਾਂ ਦਾ ਕੋਈ ਸਿਆਣਾ ਬੰਦਾ ਬੈਠਾ ਹੋਣਾ, ਉਹਨੇ ਕੋਈ ਬੇਵਕੂਫੀ ਵਾਲੀ ਹਰਕਤ ਕਰਕੇ ਕਿਸੇ ਦੇ ਖਿਲਾਫ, ਕਿਸੇ ਕਮਿਊਨਿਟੀ ਦੇ ਖਿਲਾਫ, ਕਿਸੇ ਧਰਮ ਦੇ ਖਿਲਾਫ ਕੋਈ ਗੱਲ ਕਰਕੇ ਕੋਈ ਗਲਤ ਪ੍ਰਚਾਰ ਕਰ ਦਿੱਤਾ, ਨਤੀਜਾ ਇਹ ਹੋਇਆ, ਸਾਰਿਆਂ ਵਾਸਤੇ ਵਕਤ ਬਾਕ ਰੱਖ ਦਿੱਤਾ। ਇਹ ਹੈ ਜੀ ਸੋਸ਼ਲ ਮੀਡੀਆ ਦਾ ਇਸਤੇਮਾਲ। ਔਰ ਜੋ ਮੂੰਹ 'ਚ ਆਉਂਦਾ ਬਕਦੇ ਨੇ, ਜੋ ਮੂੰਹ 'ਚ ਆਉਂਦਾ ਬੋਲਦੇ ਨੇ, ਜੋ ਦਿਮਾਗ ਵਿੱਚ ਗੰਦ ਪਿੱਲ ਜੋ ਆਉਂਦਾ, ਚੱਲ ਸੋਸ਼ਲ ਮੀਡੀਆ ਦੇ ਉੱਤੇ 90% ਕਚਰਾ ਹੈਗਾ, ਸੋਸ਼ਲ ਮੀਡੀਆ ਦੇ ਉੱਤੇ ਕੂੜਾ ਹੈਗਾ, 10% ਮਟੀਰੀਅਲ ਤੁਹਾਡੇ ਕੰਮ ਦਾ, ਉਹ ਤੁਹਾਨੂੰ ਲੱਭਣਾ ਪੈਂਦਾ। ਔਰ ਉਸੇ ਤਰ੍ਹਾਂ ਹੀ ਝੂਠ ਬੋਲਣ ਵਾਲੇ, ਕਾਢਾਂ ਕੱਢਣ ਵਾਲੇ, ਸਾਇੰਟਿਸਟ, ਜਰਨਲਿਸਟ, ਫਿਲਮ ਮੇਕਰ, ਹਰ ਫੀਲਡ ਦਾ ਐਕਸਪਰਟ ਤੁਹਾਨੂੰ ਸੋਸ਼ਲ ਮੀਡੀਆ 'ਤੇ ਮਿਲੇਗਾ, ਪਰ ਉਹ ਉਨੇ ਜੋਗਾ ਹੀ ਆ, ਫੋਟੋਆਂ ਪਾਉਣ ਜੋਗਾ ਅਤੇ ਬਕਵਾਸ ਕਰਨ ਜੋਗਾ, ਪੱਲੇ ਉਹਦੇ ਕੱਖ ਨਹੀਂ ਹੈਗਾ। ਸੋ ਇਹ ਗੱਲਾਂ ਤੋਂ ਬਚੋ, ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ, ਔਰ ਇਹ ਪਬਲਿਕ ਦੇ ਵਿੱਚ ਨਾ ਜਿਹੜਾ ਇਹ ਗੰਦ ਫੈਲਾਉਣਾ, ਕਿਓਸ ਫੈਲਾਉਣਾ, ਇਹ ਬੰਦ ਕਰ ਦਈਏ, ਤਾਂ ਇਹਦੇ 'ਚ ਸਿਆਣਪ ਹੈ। ਕਿਉਂਕਿ ਇਹ ਮੁੜ ਕੇ ਨਾ ਫਿਰ ਸਾਡੇ ਉੱਤੇ ਗੱਲ ਆਉਣੀ ਹੈ, ਜਿਹੜਾ ਦੂਜੇ ਤਾਂ ਬੁਰਾ ਚਾਹੁੰਦਾ, ਕੁਦਰਤ ਫਿਰ ਉਹਨੂੰ ਲੈਸਨ ਦਿੰਦੀ, ਉਹਨੂੰ ਸਬਕ ਸਿਖਾਉਂਦੀ ਹੈ, ਬੁਰਾ ਉਹਦਾ ਆਪਣਾ ਹੀ ਹੋ ਜਾਂਦਾ। ਜਿਹੜਾ ਦੂਸਰੇ ਵਾਸਤੇ ਟੋਇਆ ਪੁੱਟਦਾ ਨਾ, ਉਸ ਟੋਏ 'ਚ ਪਹਿਲਾਂ ਉਹ ਆਪ ਹੀ ਡਿੱਗਦਾ। ਇਹ ਕੁਦਰਤ ਦਾ ਨਿਯਮ ਹੈ, ਸਾਨੂੰ ਸਿਆਣੇ ਬਣਨਾ ਚਾਹੀਦਾ। ਔਰ ਅਸੀਂ ਵੀ ਜਦੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰੀਏ, ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਿਹੜਾ 90% ਕੂੜਾ ਹੈ ਇਹਨੂੰ ਬਾਹਰ ਕਿਵੇਂ ਸੁੱਟਣਾ, ਅਤੇ 10% ਜਿਹੜਾ ਸਾਡੇ ਕੰਮ ਦਾ ਮਟੀਰੀਅਲ ਹੈ, ਜਿਹੜਾ ਸਾਨੂੰ ਸੂਟ ਕਰਦਾ, ਸਾਡੇ ਕੰਮ ਨੂੰ, ਸਾਡੇ ਬਿਜ਼ਨਸ ਨੂੰ, ਪ੍ਰੋਫੈਸ਼ਨ ਨੂੰ ਸੂਟ ਕਰਦਾ, ਸਾਡੀ ਸਟੱਡੀ ਨੂੰ ਸੂਟ ਕਰਦਾ, ਉਹ ਕਿਹੜਾ, ਉਸ ਨੂੰ ਹੀ ਇਸਤੇਮਾਲ ਕਰੋ। ਬਾਕੀ ਛੱਡੋ, ਕੂੜੇ ਨੂੰ ਕੀ ਕਰਨਾ, ਗੰਦ ਪਾਉਣਾ ਘਰ ਦੇ ਵਿੱਚ, ਬਦਬੂ ਫੈਲਾਉਣੀ ਹੈ, ਛੱਡ ਦਿਓ ਕੂੜੇ ਨੂੰ, ਔਰ ਕੰਮ ਦੀ ਗੱਲ ਲਵੋ। ਇਹ ਹੈ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਨ ਦਾ ਤਰੀਕਾ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਇੱਕ ਨਵਾਂ ਬਿੱਲ ਆ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਜੋ ਬ੍ਰੌਡਕਾਸਟਿੰਗ ਨੂੰ ਲੈ ਕੇ ਆ, ਔਰ ਉਹਦੇ ਵਿੱਚ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਸੈਂਸਰਸ਼ਿਪ ਲੱਗਣੀ ਚਾਹੀਦੀ ਹੈ, ਕਿਉਂਕਿ ਬਹੁਤ ਜ਼ਿਆਦਾ
ਬਕਵਾਸ ਹੋ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ, ਜੋ ਦੇਸ਼ ਦੇ ਖਿਲਾਫ਼ ਵੀ ਜਾਂਦੀ ਹੈ, ਸੋਸਾਇਟੀ ਦੇ ਖਿਲਾਫ਼ ਵੀ ਜਾਂਦੀ ਹੈ, ਕਿਸੇ ਇੰਡੀਵਿਜੁਅਲ ਕਿਸੇ ਇਨਸਾਨ ਦੇ ਖਿਲਾਫ਼ ਵੀ ਜਾਂਦੀ ਹੈ, ਇੱਥੋਂ ਤੱਕ ਕਿ ਉਹਦੀਆਂ ਫੋਟੋਆਂ ਨੂੰ ਵੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਟ੍ਰੀਟ ਕਰਕੇ ਗਲਤ ਤਰੀਕੇ ਨਾਲ ਪੇਸ਼ ਕਰ ਦਿੱਤਾ ਜਾਂਦਾ। ਕਈ ਇੱਦਾਂ ਦੀਆਂ ਵੈਬਸਾਈਟਸ ਬਣਾ ਦਿੱਤੀਆਂ ਨੇ, ਕਈ ਇੱਦਾਂ ਦੇ ਸੀਕ੍ਰੇਟਸ ਬਣਾ ਦਿੱਤੇ ਨੇ ਜਿਹਦੇ ਵਿੱਚ ਲੋਕਾਂ ਨੂੰ ਬਦਨਾਮ ਕਰਨਾ, ਬਲੈਕਮੇਲ ਕਰਨਾ, ਬਲੈਕ ਜਰਨਲਿਜ਼ਮ, ਯੈਲੋ ਜਰਨਲਿਜ਼ਮ, ਵਾਈਟ ਜਰਨਲਿਜ਼ਮ, ਪੈਪਰਾਜ਼ੀ, ਪਤਾ ਨਹੀਂ ਕੀ ਕੁਛ ਇਸਤੇਮਾਲ ਕਰਕੇ ਬੇੜਾ ਗਰਕ ਕੀਤਾ ਹੋਇਆ। ਇਸ ਕਰਕੇ ਗੌਰਮੈਂਟ ਆਫ ਇੰਡੀਆ ਨੇ ਇੱਕ ਨਵਾਂ ਬਿੱਲ ਲਿਆਂਦਾ, ਠੀਕ ਹੈ। ਹਜੇ ਫਿਲਹਾਲ ਉਹ ਬਿੱਲ ਲਾਗੂ ਨਹੀਂ ਹੋਇਆ, ਹਜੇ ਰੁਕਿਆ ਹੋਇਆ, ਪਰ ਦੇਖੋ ਕਿਸ ਨਤੀਜੇ ਨਾਲ ਸਾਹਮਣੇ ਆਉਂਦਾ ਹੈ। ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਗੌਰਮੈਂਟ ਨੇ ਸਾਰਾ ਮਟੀਰੀਅਲ, ਸਾਰਾ ਚੈਨਲਸ ਨੂੰ, ਉਹਨਾਂ ਦੇ ਮਟੀਰੀਅਲ ਨੂੰ ਕੰਟਰੋਲ ਕੀਤਾ ਹੋਇਆ ਜੋ ਮੇਨ ਸਟ੍ਰੀਮ ਦੇ ਉੱਤੇ ਹੈਗਾ, ਔਰ ਜਿਹੜਾ ਸੋਸ਼ਲ ਮੀਡੀਆ ਹੈਗਾ ਉਸ ਨੂੰ ਵੀ ਕੰਟਰੋਲ ਕਰਨਾ ਚਾਹੁੰਦੀ ਹੈ ਗੌਰਮੈਂਟ, ਤਾਂ ਕਿ ਕੋਈ ਸੱਚਾਈ ਸਾਹਮਣੇ ਨਾ ਆਵੇ, ਜੋ ਗੌਰਮੈਂਟ ਸਾਹਮਣੇ ਲਿਆਉਣਾ ਚਾਹੁੰਦੀ ਹੈ ਉਹੀ ਸਾਹਮਣੇ ਆਵੇ, ਅੰਦਰ ਦੀ ਗੱਲ ਸਾਹਮਣੇ ਨਾ ਆਵੇ, ਪਬਲਿਕ ਦੇ ਵਿੱਚ ਜਿਹੜੇ ਓਪਨ ਬੋਲਦੇ ਨੇ, ਸੱਚ ਬੋਲਦੇ ਨੇ, ਉਹਨਾਂ ਨੂੰ ਦਬਾ ਦੇਣਾ ਚਾਹੁੰਦੀ, ਉਹਨਾਂ ਦੀ ਸੰਗੀ ਘੁੱਟ ਦੇਣਾ ਚਾਹੁੰਦੀ ਤਾਂ ਕਿ ਉਹ ਸੱਚ ਨਾ ਬੋਲ ਸਕਣ। ਗੌਰਮੈਂਟ ਆਪਣੀ ਡਿਕਟੇਟਰਸ਼ਿਪ ਲਾਗੂ ਕਰਨਾ ਚਾਹੁੰਦੀ, ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੀ, ਕਈ ਇੱਦਾਂ ਦੀਆਂ ਗੱਲਾਂ ਵੀ ਕਰਦੇ ਪਏ ਨੇ। ਮਤਲਬ ਇੱਕ ਮਿਕਸ ਰਿਸਪੋਂਸ ਹੈ, ਕੁਝ ਲੋਕ ਕਹਿ ਰਹੇ ਨੇ ਚੰਗਾ ਹੈ, ਪੇਰੈਂਟਸ ਕਹਿ ਰਹੇ ਨੇ ਚੰਗਾ ਹੈ ਕਿਉਂਕਿ ਗੰਦ ਮੰਦ ਤੋਂ ਬੱਚੇ ਬਚਣਗੇ, ਟੀਚਰਸ ਕਹਿ ਰਹੇ ਨੇ ਚੰਗਾ ਹੈ, ਪਰ ਜਿਹੜੇ ਕਈ ਸੋਸ਼ਲ ਐਕਟਿਵਿਸਟ ਨੇ ਉਹ ਕਹਿ ਰਹੇ ਨੇ ਮਾੜਾ ਹੈ ਕਿਉਂਕਿ ਸਰਕਾਰ ਸਭ ਕੁਝ ਕੰਟਰੋਲ ਕਰ ਲਏਗੀ, ਇਨਫੋਰਮੇਸ਼ਨ ਨੂੰ ਕੰਟਰੋਲ ਕਰ ਲਏਗੀ, ਤਾਂ ਫਿਰ ਡੈਮੋਕ੍ਰੇਸੀ ਕਿੱਥੇ ਹੈ? ਸੱਚਾਈ ਦਾ ਗਲਾ ਘੁੱਟ ਦਿੱਤਾ ਜਾਏਗਾ ਤਾਂ ਫਿਰ ਜਰਨਲਿਜ਼ਮ ਦਾ ਮਤਲਬ ਕੀ ਰਹਿ ਜਾਏਗਾ? ਖਤਮ ਕਰ ਦੇਣਾ ਚਾਹੁੰਦੀ ਹੈ ਗੌਰਮੈਂਟ ਜਰਨਲਿਜ਼ਮ ਦੇ ਪ੍ਰੋਫੈਸ਼ਨ ਨੂੰ। ਕਈ ਵਾਰ ਉਹ ਪਾਰਲੀਮੈਂਟ ਦੇ ਉੱਤੇ ਵੀ ਗੱਲਾਂ ਕਰਦੇ ਨੇ ਕਿ ਪਾਰਲੀਮੈਂਟ ਦੇ ਵਿੱਚ ਜਿਵੇਂ ਪਿਛਲੇ ਵਕਤ ਦੇ ਵਿੱਚ ਜਰਨਲਿਸਟ ਨੂੰ ਰਿਸਪੈਕਟ ਦਿੱਤੀ ਜਾਂਦੀ ਸੀ, ਉਹਨਾਂ ਦੇ ਬੈਠਣ ਦਾ ਸਥਾਨ ਹੁੰਦਾ ਸੀ, ਨਵੀਂ ਬਿਲਡਿੰਗ ਜਿਹੜੀ ਪਾਰਲੀਮੈਂਟ ਦੇ ਵਿੱਚ ਹੈ ਉਹਦੇ ਵਿੱਚ ਸਾਨੂੰ ਉਹ ਰਿਸਪੈਕਟ ਨਹੀਂ ਮਿਲਦੀ, ਉਹ ਸਥਾਨ ਨਹੀਂ ਮਿਲਦਾ। ਇਹ ਵੀ ਕਈ ਜਰਨਲਿਸਟ, ਕਈ ਸੀਨੀਅਰ ਜਰਨਲਿਸਟ ਇਹ ਓਬਜੈਕਸ਼ਨ ਕਰਦੇ ਨੇ, ਇਹ ਵੀ ਗੱਲਾਂ ਮਿਲਦੀਆਂ ਨੇ, ਕੋਈ ਦਬੇ ਦਬੇ ਬੋਲਦੇ ਨੇ, ਕੋਈ ਖੁੱਲ੍ਹ ਕੇ ਬੋਲਦੇ ਨੇ, ਮਤਲਬ ਕੁੱਲ ਮਿਲਾ ਕੇ ਇੱਦਾਂ ਦਾ ਸੀਨ ਸਾਹਮਣੇ ਆਉਂਦਾ ਹੈ। ਸੋ ਗੱਲ ਇਹ ਆ ਕਿ ਸਾਡੀ ਆਪਣੀ ਸੈਲਫ ਸੈਂਸਰਸ਼ਿਪ ਹੋਣੀ ਚਾਹੀਦੀ ਆ, ਸਾਨੂੰ ਆਪ ਨੂੰ ਇੰਨੀ ਅਕਲ, ਇੰਨੀ ਤਮੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਕੁਝ ਮੀਡੀਆ 'ਚ ਹੋਣ ਦੇ ਨਾਤੇ ਪਬਲਿਕ ਦੇ ਸਾਹਮਣੇ ਲਿਆਈਏ ਅਤੇ ਕੀ ਕੁਝ ਨਾ ਲਿਆਈਏ। ਜੇ ਅਸੀਂ ਮੀਡੀਆ ਵਿੱਚ ਕੰਮ ਕਰਦੇ ਪਏ ਹਾਂ, ਜੇ ਅਸੀਂ ਮੀਡੀਆ ਪਰਸਨ ਹੈਗੇ ਹਾਂ, ਮੀਡੀਆ ਪ੍ਰੋਫੈਸ਼ਨਲ ਹੈਗੇ ਹਾਂ, ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੀ ਚੀਜ਼ ਪਬਲਿਕ ਦੇ ਸਾਹਮਣੇ ਲਿਆਈਏ ਅਤੇ ਕੀ ਚੀਜ਼ ਨਾ ਲਿਆਈਏ, ਪੇਸ਼ਕਾਰੀ ਕਿੱਦਾਂ ਕਰੀਏ ਤਾਂ ਕਿ ਦੇਸ਼ ਨੂੰ, ਦੇਸ਼ ਦੇ ਸਮਾਜ ਨੂੰ, ਲੋਕਾਂ ਨੂੰ, ਲੋਕਾਂ ਦੇ ਜੀਵਨ ਨੂੰ, ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਸਾਡੇ ਗੁਆਂਢੀ ਮੁਲਕਾਂ ਨਾਲ ਸਾਡੇ ਸੰਬੰਧ ਬੜੇ ਪਿਆਰੇ ਅਤੇ ਬੜੀਏ ਵਧੀਆ ਰਹਿਣ। ਇੱਥੇ ਤਾਂ ਗੁਆਂਢੀ ਮੁਲਕਾਂ ਬਾਰੇ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਨੇ, ਗਲਤ ਮਲਤ ਬੋਲਦੇ ਪਏ ਨੇ, ਗਲਤ ਸਲਤ ਸਭ ਚੱਲਦਾ ਪਿਆ। ਮਤਲਬ ਉਹਦੇ ਨਤੀਜੇ ਕੀ ਹੋ ਸਕਦੇ ਨੇ? ਸਾਡੀ ਫੋਰਨ ਪੋਲਿਸੀ ਆ, ਸਾਡੇ ਗੁਆਂਢੀ ਮੁਲਕਾਂ ਨਾਲ ਵਪਾਰ ਦੇ ਸੰਬੰਧ ਨੇ, ਕਲਚਰਲ ਸੰਬੰਧ ਨੇ, ਸੋਫਟ ਪਾਵਰ ਦਾ ਇਸਤੇਮਾਲ ਕਰਦੇ ਹਾਂ, ਕਲਚਰ ਸਾਡਾ ਸੋਫਟ ਪਾਵਰ ਹੈ, ਉਸਦਾ ਇਸਤੇਮਾਲ ਕਰਦੇ ਹਾਂ। ਮਤਲਬ ਇਹ ਨਾ ਸਮਝ ਲੋਕ ਇੰਨੀਆਂ ਗੱਲਾਂ, ਇੰਨੀ ਬਕਵਾਸ ਬੱਕ ਦਿੰਦੇ ਨੇ ਕਿ ਕਿਤੇ ਨਾ ਕਿਤੇ ਗੁਆਂਢੀ ਮੁਲਕਾਂ ਨਾਲ ਸੰਬੰਧ ਵੀ ਖਰਾਬ ਹੋਣ ਦੀ ਗੱਲ ਸਾਹਮਣੇ ਆਉਣ ਲੱਗ ਪੈਂਦੀ ਹੈ, ਉਦੋਂ ਗੌਰਮੈਂਟ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ, ਬੜੀ ਮੁਸ਼ਕਲ ਨਾਲ ਸੰਭਲਦੇ ਨੇ ਇਹ ਫੋਰਨ ਪੋਲਿਸੀ ਦੇ ਰਿਸ਼ਤੇ। ਹਾਲਾਂਕਿ ਗੌਰਮੈਂਟਸ ਜਾਣਦੀਆਂ ਨੇ ਕਿ ਇਹ ਨਦਾਨ ਲੋਕ ਨੇ ਐਵੇਂ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਨੇ, ਫਿਰ ਵੀ ਕਿਤੇ ਨਾ ਕਿਤੇ ਗੱਲ ਟਰੈਵਲ ਕਰ ਜਾਂਦੀ ਹੈ, ਕਿਤੇ ਨਾ ਕਿਤੇ ਕੋਈ ਗਲਤ ਗੜਬੜ ਪੈਦਾ ਹੋ ਜਾਂਦੀ, ਜਿਵੇਂ ਆਪਾਂ ਗੱਲ ਕੀਤਾ ਹੈ ਇੰਗਲੈਂਡ ਦੇ ਵਿੱਚ ਹੋਈ, ਕਿਸੇ ਗਲਤ ਇਨਫੋਰਮੇਸ਼ਨ ਕਰਕੇ ਗੜਬੜ ਪੈਦਾ ਹੋਈ 10 ਦਿਨ ਤੱਕ। ਉਸ ਤਰ੍ਹਾਂ ਕਈ ਥਾਂ 'ਤੇ ਹੁੰਦੀ, ਭਾਰਤ ਵਿੱਚ ਵੀ ਹੋ ਸਕਦੀ ਹੈ, ਬੰਗਲਾਦੇਸ਼ ਵਿੱਚ ਵੀ ਹੋ ਸਕਦੀ ਆ, ਸ਼੍ਰੀਲੰਕਾ ਵਿੱਚ ਵੀ ਹੋ ਸਕਦੀ ਹੈ, ਭੂਟਾਨ, ਨੇਪਾਲ, ਕਿਤੇ ਵੀ ਹੋ ਸਕਦੀ ਹੈ, ਪਾਕਿਸਤਾਨ ਵਿੱਚ ਵੀ ਹੋ ਸਕਦੀ, ਐਨੀ ਵੇਅਰ ਇਨ ਦਾ ਵਰਲਡ, ਬਾਹਰ ਏਸ਼ੀਆ ਕੋਂਟੀਨੈਂਟ ਤੋਂ ਨਿਕਲ ਜਾਓ ਉੱਥੇ ਵੀ ਹੋ ਸਕਦੀ, ਕਿਤੇ ਵੀ, ਹਿਊਮਨ ਸਾਈਕੀ ਸੇਮ ਆ। ਇਸ ਕਰਕੇ ਸਹੀ ਇਸਤੇਮਾਲ ਕਰਨਾ ਚਾਹੀਦਾ ਤਾਂ ਕਿ ਮੀਡੀਆ ਪਰਸਨ ਹੋਣ ਦੇ ਨਾਤੇ ਤੁਸੀਂ ਆਪਣੀ ਰਿਸਪੋਂਸੀਬਿਲਟੀ ਵੀ ਪੂਰੀ ਤਰ੍ਹਾਂ ਨਿਭਾਓ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ।
ਸੋ ਆਪਣੇ ਇਸ ਪਲੇਟਫਾਰਮ ਤੋਂ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਜਿੱਥੇ ਵੀ ਬੈਠੇ ਹੋ, ਕਿਉਂਕਿ ਹਰ ਇਨਸਾਨ ਅੱਜ ਮੀਡੀਆ ਪਰਸਨ ਹੈ, ਡਾਇਰੈਕਟਲੀ ਇਨਡਾਇਰੈਕਟਲੀ ਮੀਡੀਆ ਦਾ ਇਸਤੇਮਾਲ ਕਰਦਾ ਹੈ, ਤਾਂ ਉਹਨੂੰ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਕਮਿਊਨੀਕੇਸ਼ਨ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਤੱਕ ਵਧੀਆ ਸੰਸਕਾਰ ਪਹੁੰਚਣ, ਯੰਗ ਜਨਰੇਸ਼ਨ ਤੱਕ ਵਧੀਆ ਸੰਸਕਾਰ ਪਹੁੰਚਣ, ਵਧੀਆ ਸਮਾਜ ਵਧੀਆ ਮੁਲਕ ਬਣਾਈਏ, ਤਾਂ ਵਧੀਆ ਮਾਹੌਲ ਬਣਾ ਕੇ ਵਿਸ਼ਵ ਸ਼ਾਂਤੀ ਦੀ ਗੱਲ ਕਰੀਏ। ਸ਼ਾਂਤੀ ਦੇ ਵਿੱਚ ਤਰੱਕੀ ਹੁੰਦੀ ਹੈ, ਤਰੱਕੀ ਦੀ ਗੱਲ ਕਰੀਏ, ਮਿਲ ਕੇ ਤਰੱਕੀ, ਮਿਲ ਕੇ ਅੱਗੇ ਵਧੀਏ, ਮਿਲ ਕੇ ਸ਼ਾਂਤੀ ਸਥਾਪਿਤ ਕਰੀਏ, ਆਪਣੇ ਆਪ ਨੂੰ ਸੁਧਾਰੀਏ ਤਾਂ ਸਭ ਕੁਛ ਆਪਣੇ ਆਪ ਸੁਧਰ ਜਾਏ, ਆਪਣੇ ਪਰਿਵਾਰ ਨੂੰ ਸੰਭਾਲੀਏ ਤਾਂ ਸਾਰਾ ਸਮਾਜ ਆਪਣੇ ਆਪ ਸੰਭਲ ਜਾਏ। ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਦੂਜਿਆਂ ਨੂੰ ਸੁਧਾਰਨ ਤੁਰ ਪੈਂਦੇ ਹਾਂ, ਆਪਣੇ ਪਰਿਵਾਰ ਨੂੰ ਸਾਂਭਣ ਦੀ ਬਜਾਏ ਦੂਜਿਆਂ ਦੇ ਪਰਿਵਾਰਾਂ ਦੇ ਉੱਤੇ ਨੁਕਤਾਚੀਨੀ ਕਰਨ ਲੱਗ ਪੈਂਦੇ ਹਾਂ। ਨਾ, ਆਪਣੇ ਆਪ ਨੂੰ ਸੁਧਾਰੋ, ਆਪਣੇ ਪਰਿਵਾਰ ਨੂੰ ਸੰਭਾਲੋ। ਜਦ ਸਾਰੇ ਜਣੇ ਆਪਣੇ ਆਪਣੇ ਆਪ ਨੂੰ ਸੁਧਾਰਦੇ ਨੇ ਤਾਂ ਸਾਰਾ ਸਮਾਜ ਸੁਧਰ ਜਾਂਦਾ ਹੈ, ਸਾਰੇ ਜਣੇ ਆਪਣੇ ਆਪਣੇ ਪਰਿਵਾਰ ਨੂੰ ਸੰਭਾਲਦੇ ਨੇ ਤਾਂ ਸਾਰਾ ਸਮਾਜ ਸੰਭਲ ਜਾਂਦਾ ਹੈ। ਇਸ ਨੂੰ ਆਪਾਂ ਜਾਗਰੂਕ ਹੋ ਕੇ ਸਾਂਭੀਏ। ਪ੍ਰੋਗਰਾਮ ਗੱਲ ਦਿਲ ਦੀ, ਤੁਸੀਂ ਵੀ ਆਪਣੇ ਵਿਚਾਰ ਇਨਬੋਕਸ ਕਰੋ, ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਮੈਂ ਹਾਂ ਸੰਜੀਵ ਯਸ਼ ਖੰਨਾ, ਸਤਿ ਸ਼੍ਰੀ ਅਕਾਲ।